ਅੰਬ ਚੈੱਕ, ਅਗਲਾ ਚੈੱਕ ਕਰਾਂ। ਅਗਲਾ ਅਗਲਾ ਚੈੱਕ ਕਰਨਾ ਹੀ ਅੰਬ? ਅੰਬ, ਅੱਛਾ ਅੱਛਾ ਅੱਛਾ, ਤੂੰ ਕਹਿੰਦਾ ਅਗਲਾ ਚੈੱਕ। ਮੈਂਗੋ ਮੈਂਗੋ, ਅੱਛਾ ਅੱਛਾ, ਚੱਲ। ਅੱਛਾ, ਨਮਕ ਪਾਇਆ ਨੀ? ਓਏ ਨਮਕ ਤੇ ਓਏ ਡੱਬਾ ਫੜਾ, ਤੇਰੇ ਮੈਂ ਬਾਟਾ ਮਾਰ ਗਿਆ। ਓਏ ਅੰਬਾ, ਓਏ ਗੋਸ਼ ਨਹੀਂ ਹੈਗਾ। ਨਹੀਂ ਤੂੰ ਪਹਿਲਾਂ ਬਾਟਾ ਮਾਰ, ਨਹੀਂ ਤੂੰ ਬਾਟਾ ਮਾਰ। ਚੱਲ ਇੱਕ ਮਿੰਟ ਦੱਸ, ਕਿੰਨਾ ਲੈਣਾ? 150 ਚ? ਡੇਢ ਸੌ ਚ? ਕਿੰਨਾ ਪਾ ਦਾ? ਛਾਪਰ ਦੇ ਨਾ। ਲੈ ਬਾਟਾ ਆ ਗਿਆ, ਪਾਈਆ ਪਾ ਦੇ। ਹੈਂ? ਪਾਈਆ ਪਾ ਦੇ। ਚੱਲ ਪਾਈਆ ਦੇ ਪੈਸੇ ਫੜਨਾ, ਪਾਈਆ ਕੱਟਣਾ ਯਾਰ। ਚੱਲ ਦੌੜ ਜਾ, ਮੇਰੇ ਦੋ ਅੰਬਾਂ ਦੇ ਪੈਸੇ ਆ ਗਏ। ਚੱਲ ਨਿਕਲ ਜਾ, ਚੱਲ। ਓਏ ਦੋ ਕਟਾਏ, ਚੱਲ ਨਿਕਲ। ਲੋ ਮੇਰਾ ਭਾਈ, ਅੰਬ ਰੈਤ ਹੋ ਗਏ, ਚੌਥਾ ਅੰਬ ਰੈਤ ਹੋ ਗਿਆ। 250 ਰੁਪਏ ਕਿਲੋ, 250 ਰੁਪਏ ਕਿਲੋ। ਨਾ ਕੋਈ ਲਿਆਏ, ਨਾ ਕੋਈ ਵੇਚੇ। ਖਾਨਗੜ੍ਹ ਦੇ ਅਸਲੀ ਅੰਬ ਆ ਗਏ ਮੇਰਾ ਭਾਈ। ਯਾਲਾ, ਅੱਜ ਗਾਹਕ ਚੰਗੇ ਹੀ ਭੇਜਦੇ, ਮੌਲਾ ਬਹੁਤ ਮੰਦਾ ਵਾ। ਯਾਲਾ ਚੰਗਾ। ਵਾਲੇਕੁਮ ਸਲਾਮ। ਕੀ ਲਾਇਆ? ਅੰਨਾ ਵਾ, ਅੰਬ ਲਾਇਆ। ਮੈਨੂੰ ਵੀ ਪਤਾ ਅੰਬਲਾ ਕਿੱਦਾਂ ਲਾਏ ਆ। ਹੱਥ ਨਾਲ ਲਾਏ ਆ, ਹੋਰ ਕਿੱਦਾਂ ਲਾਏ? ਘਰੋਂ ਕੀ ਲੈਣਾ ਆ? ਅੰਬ ਲੈਣਾ ਆ ਵਾ। ਇਹ ਅੰਬ ਪੁੱਛਣਾ ਕੀ ਰੇਟ? ਅੰਬ, ਅੰਬ 300 ਰੁਪਏ ਕਿਲੋ। ਦਰਜਨ? 10 ਦਰਜਨ? ਇੱਕ ਮਿੰਟ ਠਹਿਰ ਤੇ ਸਹੀ, ਮੂੰਹ ਨਾਲ ਗੱਲ ਕਰ। ਤੂੰ ਅੰਬ ਚੱਕੀ ਜਾਣੇ ਆ, ਕੈਸਾ ਤੇਰਾ ਪੁਰਾਣੀ ਕੁੱਪੀ ਵਰਗਾ ਮੂੰਹ, ਲੈਣਾ ਕੀ ਆ? ਤੂੰ ਭਾਈ ਪਹਿਲਾਂ ਜੁਗਤਾ ਮਾਰ ਲੈ, ਤੈਨੂੰ ਗਾਹਕ ਦੀ ਕਦਰ ਨਹੀਂ ਹੈਗੀ? ਗਾਹਕ ਦੀ ਕਦਰ ਤੂੰ ਆਉਂਦੇ ਹੀ ਅੰਬ ਨੂੰ ਇੰਜ ਪੈ ਗਏ ਜਿਵੇਂ ਖਾਲਾ ਜੀ ਦੇ ਬਾਗ ਦੇ ਆ। ਤੈਨੂੰ ਗਾਹਕ ਦੀ ਕਦਰ ਨੀ ਹੈਗੀ ਆ? ਕੀ ਗਾਹਕ ਦੀ ਕਦਰ? ਮਸਾਲਾ ਵਿਛਾ ਦਵਾਂ ਤੇਰੇ ਲਈ ਇੱਥੇ? ਭਾਈ ਅੰਬ ਲੈਣੇ, ਮੈਂ ਅੰਬ ਲੈਣੇ, ਹੁਣ ਮੈਂ ਚੈੱਕ ਕਰਕੇ ਨਾ ਲਵਾਂ ਅੰਬ? ਚੈੱਕ ਕਰਕੇ ਦੱਸ, ਕਿੰਨਾ ਕੁ ਚੈੱਕ ਕਰਨਾ? ਤੂੰ ਇਹਨੂੰ ਬੁਖਾਰ ਹੋਇਆ ਵਾ, ਚੈੱਕ ਕਰਨਾ ਡਾਕਟਰ ਦੀ ਦੁਕਾਨ ਤੇ ਆ। ਕਿੰਨੇ ਰੁਪਏ ਕਿਲੋ ਆ? ਚੱਲ ਛੱਡ ਤੂੰ, 300 ਰੁਪਏ ਕਿਲੋ ਆ। ਤੇਰੇ ਵੇਚਣ ਦੇ ਇਰਾਦੇ ਹੀ ਨਹੀਂ ਹੈਗੇ ਆ। 300 ਰੁਪਏ? ਕਿੰਨੇ ਰੁਪਏ ਦਰਜਨ? ਦਰਜਨ ਦੇ ਹਿਸਾਬ ਨਾਲ ਦੱਸ, ਕੀ ਦਰਜਨ ਆ? ਕਿੱਥੋਂ ਆਇਆ ਯਾਰ? ਇਸ ਤੇਰਾ ਕੀ ਮਕਸਦ ਆ? ਕਿੱਥੋਂ ਆਇਆ? ਓਏ ਫੈਸਲਾਬਾਦ ਆ, ਮਲਤਾਨ ਨਹੀਂ ਹੈਗਾ, ਉੱਥੇ ਵਿਕਦੇ ਆ, ਉੱਥੇ ਵੀ ਕਿਲੋ ਦੇ ਹਿਸਾਬ ਨਾਲ ਵਿਕਦੇ ਆ। ਅੱਛਾ, ਕੀ ਰੇਟ ਆ ਉਹਨੇ ਦਾ? ਦਰਜਨ ਲੈਣ ਆ ਗਿਆ ਘਰੋਂ। ਖਾਦਾ ਕਦੀ ਅੰਬ? ਅਲਹਮਦੁਲਿਲਾ, ਰੋਜ਼ ਖਾਈਦਾ। ਇੱਕ ਤੇਰੇ ਮੂੰਹ ਚੋਂ ਡਿੱਗਦਾ ਪਿਆ ਈ, ਤੇਰੇ ਮੂੰਹ ਚੋਂ ਡਿੱਗਦਾ ਪਿਆ। ਅੰਬ ਲੈਣ ਆਇਆ ਈ ਘਰੋਂ। ਕੀ ਨਾਮ ਕੀ ਆ ਤੇਰਾ? ਵੇਚਣ ਦੇ ਇਰਾਦੇ ਹੀ ਨਹੀਂ ਹੈਗੇ ਆ ਯਾਰ। ਖਾਨ ਦੱਸ ਯਾਰ, ਤੂੰ ਲੈਣਾ ਕੀ ਆ? ਖਾਨ ਲੈਣਾ ਕੀ ਆ? ਚੱਲ ਚੱਲ, ਕਿੰਨੇ ਰੁਪਏ ਕਿਲੋ ਆ ਯਾਰ? ਅੰਬ ਵੀ ਤੂੰ ਸਹੀ ਨਹੀਂ ਲਾਏ ਯਾਰ, ਤੂੰ ਬੋਲਾ ਦੇ ਨਹੀਂ। ਅੰਬ ਵੀ ਸਹੀ ਖਰਾਬ ਅੰਬ ਹੈਗੇ ਆ। ਇੱਧਰ ਆ ਤੇਰੇ ਮੈਂ ਕੰਡ ਸਾਫ਼ ਕਰਾਂ ਤੈਨੂੰ। 300 ਰੁਪਏ ਕਿਲੋ ਆ। 300 ਰੁਪਏ ਕਿਲੋ ਆ? ਲਿਆ ਦੇ ਬਾਟਾ ਦੇ ਤੂੰ, ਪਹਿਲੇ ਚੈੱਕ ਕਰਾ। ਮੈਂ ਇੱਦਾਂ ਨਹੀਂ ਲਾ, ਪਹਿਲੇ ਚੈੱਕ ਕਰਾ ਮੈਨੂੰ। ਜੇ ਤੂੰ ਖਾਣ ਅੰਬ ਨਾ ਨਾ ਲਿਆ, ਇਹ ਜਿਹੜੇ ਮੂੰਹ ਨਾਲ ਤੂੰ ਖਾਣਾ ਉਹ ਮੈਂ ਤੇਰੀ ਜ਼ਬਾਨ ਲਾ ਦੇਣੀ ਆ ਫਿਰ ਨਾ। ਤੇ ਅੰਬ ਬਹੁਤ ਮਹਿੰਗਾ ਵਾ, ਸਾਡੇ ਦਿਲ ਤੇ ਛੁਰੀਆਂ ਚੱਲਦੀਆਂ। ਅੰਬ ਮੈਨੂੰ ਸਹੀ ਲੱਗਾ ਤੇ ਮੈਂ ਲੈ ਲਾਂਗਾ, ਨਹੀਂ ਸਹੀ ਪੈਸੇ ਮੈਂ ਤੇਰੇ ਕੋਲ ਲਾ ਵਾਸਤੇ ਲੈਣਾ ਵਾ ਯਾਰ। ਅਸੀਂ ਖਾਣ ਯਾਰ, ਤੂੰ ਤਾਂ ਐਵੇਂ ਗਰਮੀ ਖਾਈ ਯਾਰ। ਨਹੀਂ ਤੂੰ ਪਾਗਲ ਆ ਤੂੰ ਯਾਰ। ਦੱਸ ਇਹ ਹੁਣ ਚੈੱਕ ਕਰਾਵਾਂ? ਚੈੱਕ ਕਰਾ ਜਲਦੀ ਕਰ ਅੰਬ। ਚੱਲ ਅੰਬ ਨਹੀਂ ਆਣੇ, ਕੱਲ ਇੱਥੋਂ ਚੱਲ ਕਰ ਲਾ ਚੈੱਕ। ਅੰਬ ਚੈੱਕ ਕਰਾ ਤੂੰ, ਇਹ ਵੇਖ, ਇਹ ਛੁਰੀ ਇੱਦਾਂ ਵੇਚਣੀ ਆ, ਕੱਟਣਾ ਆਉਂਦਾ ਹੀ। ਇਹ ਦੇਖ ਇੱਦਾਂ ਕੱਟਣਾ ਇਹਨੂੰ, ਇਹ ਵੇਖ ਇੱਦਾਂ ਵਹਿ ਦੂੰਗਾ। ਪਠਾਨ ਅੱਧੇ ਪਾਗਲ ਹੁੰਦੇ ਜੀ। ਇਹ ਵੇਖ, ਚੱਲ ਚੈੱਕ ਕਰਾ ਤੂੰ, ਇਹ ਲੈ, ਇਹ ਕਰ ਲਿਆ ਚੈੱਕ। ਮਿਰਚੀ ਨੀ ਹੈਗੀ? ਮਰੇ ਕੜਾਈ ਗੋਸ਼ ਵਾਲੇ ਦੁਕਾਨ ਤੇ ਆ, ਹੋਰ ਦੂਸਰਾ ਕੱਢ ਕੇ ਦੇ ਤੂੰ। ਅੰਬ ਹੀ ਨੀ ਤੇਰੇ ਸਹੀ ਹੈਗੇ? ਅੱਲਾ ਦੇ ਬੰਦੇ ਆ। ਇੱਕ ਹੁਣ ਓਏ ਕਾਕਾ, ਮਸਾਲਾ ਫੜੀ ਯਾਰ। ਅੰਬ ਹੋਰ ਕੱਟ ਕੇ ਦੇ ਤੂੰ। ਨਮਕ ਤੇ ਸੀਗਾ? ਹਾਂਜੀ, ਮਸਾਲਾ ਹੀ ਨਹੀਂ ਆ ਉਹਦੇ ਵਿੱਚ। ਹੋਰ ਅੰਬ ਕੱਟ ਕੇ ਦੇ ਜਲਦੀ। ਹੁਣ ਪਠਾਣ ਆ ਨਾ ਅਈਏ, ਤੈਨੂੰ ਇਹਦੇ ਜੀ ਬੜਾ ਕੁਝ ਤੇਜ਼ ਆਣਾ ਏ। ਇਹ ਲੈ ਇੱਕ ਹੋਰ ਚੈੱਕ ਕਰ ਲਾ ਹੁਣ।
ਯਾਰ ਦੱਸ ਤੂੰ ਅੰਬ ਵੇਚਣੇ ਕਿ ਨਹੀਂ ਵੇਚਣੇ ਪਹਿਲਾਂ ਮੈਨੂੰ ਆ ਦੱਸ। ਬੋਰੀ ਨਾਲ ਲਿਆ? ਪਾਗਲ ਸਮਝਿਆ ਵਾ ਤੂੰ? ਨਹੀਂ ਬੋਰੀ ਨਾਲ ਲਿਆ। ਤੂੰ ਪਾਗਲ ਸਮਝਿਆ ਤੂੰ? ਯਾਰ ਤੂੰ ਦੱਸ ਨਾ, ਤੂੰ ਹੈਗਾ ਕੁਛ ਕਹਿੰਦਾ ਨਹੀਂ ਪਿਆ ਵਾ, ਤੂੰ ਅੱਗੇ ਜੁੜੀ ਆ ਰਿਹਾ ਵਾ, ਤੂੰ ਪਾਗਲ ਆ ਤੂੰ? ਯਾਰ ਖਾਨ ਐਵੇਂ ਮੇਰਾ ਦਿਮਾਗ ਨਾ ਖਰਾਬ ਕਰੀ। ਨਹੀਂ ਤੂੰ ਆਪਣਾ ਦਿਮਾਗ ਖਰਾਬ ਕਰ ਲੈ। ਮੇਰਾ ਦਿਮਾਗ ਖਰਾਬ ਹੋ ਗਿਆ, ਮੈਂ ਖੋਰ ਅੰਬ ਕੱਟ ਦੇਣਾ ਈ। ਐਲਾ ਮੇਰਾ ਦਿਮਾਗ ਖਰਾਬ ਹੋ ਗਿਆ ਈ। ਐਲਾ ਹਾਂ ਅੰਬ ਚੱਕ, ਅਗਲਾ ਚੈੱਕ ਕਰਾ। ਅਗਲਾ ਚੈੱਕ ਕਰਨਾ ਈ ਅੰਬ? ਅੰਬ? ਅੱਛਾ ਅੱਛਾ ਅੱਛਾ, ਤੂੰ ਕਹਿੰਦਾ ਅਗਲਾ ਚੈੱਕ ਕਰ। ਮੈਂਗੋ ਮੈਂਗੋ? ਅੱਛਾ ਅੱਛਾ, ਇਹ ਦੇਖ ਸਹੀ ਆ ਯਾਰ, ਚੈੱਕ ਕਰਾ ਯਾਰ, ਤੂੰ ਐਲਾ ਪਾਗਲ ਆ ਤੂੰ। ਚੱਲ ਇਹ ਚ ਨਮਕ ਪਾਇਆ ਨੀ? ਓਏ ਨਮਕ ਤੇ ਓਏ ਡੱਬਾ ਫੜਾ, ਤੇਰੇ ਮੈਂ ਬਾਟਾ ਮਾਰ ਗਿਆ। ਓਏ ਅੰਬਾ, ਓਏ ਗੋਸ਼ ਨਹੀਂ ਹੈਗਾ। ਨਹੀਂ ਤੂੰ ਪਹਿਲਾਂ ਬਾਟਾ ਮਾਰ, ਨਹੀਂ ਤੂੰ ਬਾਟਾ ਮਾਰ। ਚੱਲ ਇੱਕ ਮਿੰਟ ਠਹਿਰ ਜਾ ਯਾਰ, ਤੂੰ ਬਾਟਾ ਮਾਰ। ਚੱਲ ਛੱਡ ਪਰੇ, ਹੋਰ ਸਭ ਖੈਰ ਆ? ਕਿੱਥੋਂ ਆਇਆ, ਕਿਹੜੇ ਇਲਾਕੇ ਚੋਂ ਆਇਆ ਮੇਰਾ ਵੀਰ? ਨਹੀਂ ਤੂੰ ਸਾਨੂੰ ਪਾਗਲ ਸਮਝਿਆ? ਦੋ ਅੰਬ ਕੱਟ ਦੇ, ਮੈਂ ਪਾਗਲ ਆ ਇਹਦੇ ਚ ਕੋਣ? ਓ ਭਾਈ ਚਾਚਾ ਜੀ, ਇਹਦੇ ਚ ਨਮਕ ਪੈਂਦਾ ਅੰਬ ਚ? ਹਾਂਜੀ। ਅੱਛਾ ਦੱਸੋ, ਇਹ ਕਹਿੰਦੇ ਮਿਰਚ ਪੈ ਜਾਂਦੀ ਇਹਦੇ ਚ? ਅੰਬ ਹੀ ਨਹੀਂ ਤੇਰੇ ਸਹੀ ਆ ਗਏ। ਪਾਗਲ ਮੈਂ ਆਵਾਂਗੇ ਆ ਵਾ ਯਾਰ, ਐਵੇਂ ਦਿਮਾਗ ਖਰਾਬ ਕਰੀ ਜਾਂਦਾ ਤੁਹਾਡਾ ਯਾਰ। ਹੁਣ ਤੇਰੇ ਅੰਬ ਹੀ ਨਹੀਂ ਠੀਕ ਆ, ਰਹਿੰਦੇ ਪਈ ਮੈਂ। ਓ ਯਾਰ ਖਾਨ, ਮੈਂ ਦੋ ਅੰਬ ਕੱਟੇ, ਇੱਕ ਮਿੰਟ ਠਹਿਰ ਜਾ, ਚੱਲਾਂ ਕਿੱਥੇ ਆ? ਐ ਅੰਬ ਦੋ ਕਟਾਏ ਆ, ਕਿੰਨੇ ਲੈਣੇ ਆ? ਨਹੀਂ ਸਹੀ ਆ, ਮੈਂ ਕੀ ਕਰਾਂ? 300 ਦਾ ਤੂੰ ਅੰਬ ਕਟਾ ਲਿਆ, ਤੂੰ ਖਾ ਵੀ ਲਿਆ, ਨਾਲੇ ਨਮਕ ਮਿਰਚ ਵੀ ਸਾਨੂੰ ਦੱਸਦੀ। ਓ ਭਾਈ ਮੈਂ ਤੇਰੇ ਗੋਲਾ ਵਾਸ ਲੈਣੇ, ਜਿਹੜੀ ਸ਼ੈ ਮੈਨੂੰ ਚਾਹੀ ਲੈ, ਮੈਂ ਉਹੀ ਲੈਣੇ ਆ। ਓ ਪੁੱਤਰ ਤੂੰ ਅੱਲਾ ਵਾਸ, ਭਾਈ ਕਿਸ ਹੋਰ, ਤੂੰ ਅੱਲਾ ਵਾਸ। ਓ ਇੱਕ ਮਿੰਟ ਇੱਧਰ ਤੇ ਆ, ਮੈਂ ਤੇਰੇ ਇੱਕ ਕਿਲੋ ਲੈ ਲਾ। ਮੈਂ ਕਹਿਣ ਦਾ ਮਤਲਬ ਇੱਕ ਕਿਲੋ ਲੈ ਲਾ, ਮੈਂ ਨਹੀਂ ਕਿਹਾ ਮੈਂ ਇੱਕ ਮਾਨ, ਮੈਂ ਕਿਹਾ ਇੱਕ ਕਿਲੋ ਲੈ ਲਾ। ਭਾਈ ਮੈਨੂੰ ਪਸੰਦ ਹੀ ਨਹੀਂ ਹੈਗੇ, ਮੈਂ ਕਿੱਦਾਂ ਲਵਾਂ ਯਾਰ? ਆ ਜਿਹੜੇ ਕੱਟੇ ਐ ਤੇ ਲੈ ਕੇ ਜਾ ਕੇ ਆ। ਨਹੀਂ ਆ ਉਹ, ਇੱਕ ਤੇ ਨਮਕ ਘੱਟ ਹੈ, ਜੇ ਮਿਰਚਾਂ ਘੱਟ ਹੈ, ਮੈਂ ਕੀ ਕਰਾਂ? ਮੈਂ ਤੈਨੂੰ ਆਹ ਛੱਡ, ਆਹ ਛੱਡ। ਉਹ ਇੱਕ ਮਿੰਟ, ਆਪਣਾ ਅੰਬ ਦਾ ਸੌਦਾ ਹੋਣ ਲੱਗਾ, ਤੇਰਾ ਨਹੀਂ ਹੋਣ ਲੱਗਾ, ਤਾਂ ਨਹੀਂ ਛੱਡ ਦਵਾਂ ਤੇਰਾ? ਅੰਬ ਦਾ ਸੌਦਾ ਕਰਨਾ ਮਰੇ ਏਡਾ, ਤੂੰ ਛੱਡ, ਮੈਂ ਕਿਸੇ ਹੋਰ ਕੋ ਲੈਣ ਲੱਗਾ। ਓਏ ਕਿਸੇ ਹੋਰ ਕੋ ਕੀ ਲੈਣਾ ਵਾ, ਉਹਦੇ ਉਹਨੂੰ ਵੀ ਆਈ ਜਾ ਕੇ ਕਹੇਗਾ ਨਮਕ ਮਿਰਚਾਂ ਵਾ? ਯਾਰ ਚੱਲ ਤੂੰ ਕੀ ਹੁਣ ਲਾਣਾ ਕੀ ਪਾ ਦੱਸ। ਮੈਂ ਤੈਨੂੰ ਨੁੱਕੜ ਚ ਲਾ ਲੈਣਾ ਜੇ ਤੂੰ ਕਿਲੋ ਅੰਬ ਨਾ ਲਿਆ ਯਾਰ। ਤੈਨੂੰ ਮੈਂ ਦੱਸ ਤਾਈ, ਗਾਗ ਦੀ ਕਦਰ ਨਹੀਂ ਹੈਗੀ ਆ। ਨਹੀਂ ਕਦਰ ਕੀ ਕਰਾਂ ਐਲਾ, ਹੋਰ ਭੈਣ ਕਿੱਦਾਂ ਸਭ ਖੈਰ? ਚੱਲ ਹੋਰ ਭੈਣ ਤੁਹਾਡੇ ਲਈ ਚਾਹ ਮੰਗਾਈਏ, ਤੇਰੇ ਮੈਂ ਇੱਕ ਕੰਨ ਤੇ ਕਰਾਣੀ ਆ, ਦੋ ਅੰਬ ਕਟਾ ਲਏ ਆ, ਕਦਰ ਕਦਰ ਲਾਈ ਆ। ਪਹਿਲੇ ਕੰਨ ਤੇ ਮਾਰ, ਪਹਿਲੇ ਕੰਨ ਤੇ ਮਾਰ ਤੂੰ, ਤੇਰਾ ਕੰਨ ਹੀ ਛੋਟਾ ਵਾ, ਕਿੱਥੇ ਕਰਾਈਏ, ਨੰਗ ਜਾਣਾ ਹੱਥ ਤੁਹਾਡਾ। ਚੱਲ ਕਿੰਨੇ ਰੁਪਏ ਕਿਲੋ ਆ? ਮੈਂ ਜ਼ਿਆਦਾ ਲੈਣੇ ਆ। ਜ਼ਿਆਦਾ ਰੇੜੀ ਲੈਣੀ ਆ? ਅੰਬ ਨਾ ਜ਼ਿਆਦਾ ਲੈਣੇ ਮੈਂ, ਤੇ ਕੀ ਰੇਟ ਹੋ ਜਾਏਗਾ? ਖਾਨ ਵਾਕਈ ਜ਼ਿਆਦਾ ਲੈਣੇ ਆ ਕਿ ਨਮਕ ਮਿਰਚੀ ਦੱਸਣਾ ਵਾ? ਨਹੀਂ ਨਹੀਂ ਮੈਂ ਵਾਕਈ ਜ਼ਿਆਦਾ ਲੈਣੇ ਆ, ਦੱਸ। ਇਹ ਹੁਣ ਸੀਰੀਅਸ ਆ ਨਾ ਗੱਲ ਆਪਣੀ? ਕੀ ਰੇਟ ਲਾ? ਪੱਕੀ ਗੱਲ ਆ? ਪੱਕੀ ਗੱਲ ਆ? ਪੱਕੀ ਗੱਲ ਆ? ਇਹ ਅੰਬ ਕਿੱਦਾਂ ਫੜਨੇ ਆ? ਅੰਬ ਇਦਾਂ ਸਿੱਧਾ ਫੜੀਦਾ? ਅੱਛਾ ਲੋ ਸਿੱਧਾ ਫੜ ਲੈ। ਤੂੰ ਦਾ ਰੇਟ ਚੱਕਣ ਨੇ? ਰੇਟ ਕੀ ਲੈਣਾ ਹੁਣ ਦੱਸ, ਕਿੰਨਾ ਕ ਲੈਣਾ ਵਾ ਮਸਲਨ? ਯਾਰ 25 ਕਿਲੋ ਲੈਣਾ। ਇੱਕ ਬਾਗ ਵਾਲੇ ਨੂੰ ਫੋਨ ਕਰ ਦਵਾਂ, ਬਾਗ ਰੁਕਾ ਲਵਾਂ ਤੇਰੇ ਲਈ? ਯਾਰ ਤੂੰ ਮਜ਼ਾਕ ਕਰੀ ਜਾ ਰਿਹਾ, ਮੈਂ ਤੇਰੇ ਕੋ ਗਾਹਕ ਆਇਆ ਯਾਰ। 25 ਕਿਲੋ ਲੈਣਾ, ਰੇਟ ਦੱਸ ਕੀ ਲੱਗਦਾ? 25 ਕਿਲੋ ਲੈਣਾ? ਹਾਂਜੀ 25 ਕਿਲੋ ਲੈਣਾ। ਖਾਨ 280 ਰੁਪਏ ਲਾ ਦਵਾਂ? ਨਹੀਂ ਯਾਰ ਹਲੇ ਵੀ ਜ਼ਿਆਦਾ। ਕਿੰਨਾ ਕ ਜ਼ਿਆਦਾ? 50 ਰੁਪਏ ਕਿਲੋ ਲਾ ਲਾ, 50 ਰੁਪਏ ਕਿਲੋ ਰੇੜੀ ਤੋਂ। 50 ਰੁਪਏ ਕਿਲੋ? ਹਾਂ ਸਾਰਾ ਅੰਬ ਲੈਣਾ? ਸਾਰਾ ਅੰਬ 50 ਰੁਪਏ ਖਾਨ? ਮੈਂ ਤਾਂ ਕਹਿੰਦਾ ਆਪਾਂ ਪਿਆਵਾਂ ਜਿੱਦੇ ਸਾਰਾ ਪਾਕਿਸਤਾਨ ਦੇ ਬਾਗ ਨਾ ਬੁੱਕ ਕਰਾ ਲਈਏ, ਆਪਾਂ ਜ਼ਰੂਰ ਅੱਗੇ ਭੇਜਣਾ ਆ ਵੀ ਖਾ ਖੂ ਲੈ। ਯਾਰ ਤੂੰ ਅੰਬ ਵੇਚਣੇ ਕਿ ਨਹੀਂ ਵੇਚਣੇ ਮੈਨੂੰ ਦੱਸ ਦੇ। ਉਹ ਵੇਚਣ ਲਈ ਖਲੋਤੇ, ਤੂੰ ਤਾਂ ਲੁੱਟਣ ਆਇਆ ਮੈਂ, ਤੂੰ ਤਾਂ ਇੰਜ ਸਮਝੇ ਮੈਂ ਨਰਗਸ ਦੀ ਦੁਕਾਨ ਆ ਵੀ ਲੁੱਟੀ ਜਾਓ। ਚੱਲ ਮੁਨਾਸਬ ਬੇਟਾ, ਕੀ ਕਰਨਾ ਵਾ? ਛਾਪਰ ਤੇ ਦੇ, ਛਾਪਰ ਤੇ ਦੇ। ਉਹ ਛਾਪਰ ਦੀ ਦੇਵਾਂ? ਛਾਪਰ ਕੀ ਦੇਵਾਂ? ਜਿੱਦਾਂ ਦਾ ਤੂੰ ਰੇਟ ਲਾਣਿਆ, ਮੈਨੂੰ ਦਿਲ ਕਰਨ ਨਾ, ਮੈਂ ਤੈਨੂੰ ਧੱਕੇ ਦੇ ਦੇਵਾਂ। ਚੱਲ ਰੇਟ ਮੁਨਾਸਬ ਕਰ, ਦੱਸ ਕੀ ਲਾਣਾ ਤੂੰ? ਰੇਟ ਦੱਸ ਕੀ ਲਾਣਾ? ਨਾ ਤੇਰੀ ਨਾ ਮੇਰੀ। ਹਾਂ ਰੁਪਈਆ 250 ਲੱਗਣਾ ਵਾ, ਦੱਸ ਹੁਣ ਪਾ ਦਈਏ। ਹਲੇ ਵੀ ਜ਼ਿਆਦਾ ਤੂੰ, ਨਾ ਤੇਰੀ ਨਾ ਮੇਰੀ। ਅੱਛਾ ਸਹੀ ਆ, 60 ਰੁਪਏ ਲਾ ਲਾ। ਚੱਲ ਯਾਰ ਹੁਣ ਮੇਰੇ ਨਾਲ ਬਹਿਸ ਨਾ ਕਰੀ, ਮੈਂ ਇੱਕੋ ਹੀ ਗੱਲ ਕਰਨੀ ਆ, 261 ਰੁਪਏ ਹੁਣ ਦੱਸ ਪਾ ਦਵਾਂ? ਨਹੀਂ ਯਾਰ ਹਲੇ ਵੀ ਰੇਟ ਜ਼ਿਆਦਾ। ਚਲੋ ਨਾ ਤੇਰੀ ਨਾ ਮੇਰੀ, 100 ਰੁਪਏ।
ਖਾਣ ਤੂੰ ਇਹਦਾ ਦਿਮਾਗ ਠੀਕ ਆ, ਕਦੀ ਤੂੰ ਯਾਰ ਅੱਡ ਕਹਿ ਦਿੰਦਾ, ਕਦੀ ਤੂੰ ਸੋ ਕਹਿ ਦਿੰਦਾ, ਮਸਲਨ ਤੂੰ ਤੇ ਫਿਰ ਸਾਡਾ ਚੇਜ਼ਾ ਹੀ ਕਰਨ ਆਇਆ। ਯਾਰ ਤੂੰ ਅੱਲਾ ਦਾ ਬੰਦਿਆ, ਅੰਬ ਵੇਚਣੇ ਕਿ ਨਹੀਂ ਵੇਚਣੇ ਮੈਨੂੰ ਦੱਸ ਦੇ। ਯਾਰ ਅੰਬ ਹੀ ਵੇਚਣ ਨੇ, ਹੋਰ ਇੱਥੇ ਅਸੀਂ ਕਿਸੇ ਦਾ ਸਿਰ ਪਾ ਲਈ। ਯਾਰ 100 ਰੁਪਏ ਕਿਲੋ ਲਾ ਕੇ ਤੋਲ, ਜਲਦੀ ਕਰ ਸ਼ਾਬ। ਇੱਕ ਮਿੰਟ ਅੰਬ ਦੇ ਥੱਲੇ ਰੱਖ, ਕੀ ਹੋ ਗਿਆ 100 ਰੁਪਏ ਕਿਲੋ? ਤੇ ਹੋਰ ਕਿੰਨੇ ਰੁਪਏ ਕਿਲੋ ਲਾਣੇ ਆ? ਤੂੰ ਯਾਰ ਕੋਈ ਗੱਲ ਲੈਣ ਦੇਣ ਵਾਲੀ ਕਰ, ਤੂੰ ਤੇ 100-200 ਲਾਇਆ। ਕੀ ਲੈਂਦੇ ਤੇ ਦੱਸ, ਤੂੰ ਦੱਸ। ਚੱਲ ਆਖਰੀ ਫਾਈਨਲ, ਮੈਂ ਫਾਈਨਲ ਦੱਸਣੀ ਆ, ਉਸ ਤੋਂ ਬਾਅਦ ਮੈਂ ਦੱਸਣਾ ਨਹੀਂ ਆ, ਮੈਂ ਸਿੱਟਣੀਆਂ ਵਾ। ਚੱਲ ਰੇਟ ਦੱਸ। ਰੁਪਈਆ ਲੱਗਣਾ ਵਾ 240 ਲੈਣੇ ਆ, ਠੀਕ ਆ? ਨਹੀਂ ਤੇ ਚੱਲ ਨਿਕਲ ਮੇਰਾ ਭਰਾ, ਚੱਲ। ਨਹੀਂ ਕਿਉਂ ਚੱਲ, ਤੂੰ ਮੇਰਾ ਇੰਨਾ ਟਾਈਮ, ਮੈਂ ਪਾਗਲ ਆ? ਓਏ ਦੋ ਟਾਈਮ ਜ਼ਾਇਆ ਹੋਇਆ, ਓਏ ਦੋ ਅੰਬ ਤੂੰ ਕਟਾ ਲਏ ਆ। ਜਿਹੜਾ ਮੇਰਾ ਟਾਈਮ ਜ਼ਾਇਆ ਆ ਉਹ ਤੂੰ ਯਾਰ ਜਿੰਨਾ ਵੀ ਲੈਣਾ, ਪਹਿਲੇ ਤੂੰ ਇਹ ਦੋ ਦੇ ਪੈਸੇ ਦੇ ਦੇ ਮੈਨੂੰ, ਬਾਕੀ ਗੱਲ ਆਪਾਂ ਬਾਅਦ ਚ ਕਰਾਂਗੇ। ਨਹੀਂ ਤੂੰ ਛੱਡ ਦੇ, ਤੂੰ ਅੰਬ ਤੋਲ ਨਾ ਯਾਰ। ਤੂੰ ਘਰ ਯਾਰ, ਇਹ ਖਰਾਬ ਹੈ, ਮੈਂ ਕਿੱਦਾਂ ਲੈ ਕੇ ਜਾਵਾਂ? ਅੰਬ ਹੀ ਸਹੀ ਨਹੀਂ ਆ ਯਾਰ, ਛਿੱਲੜ ਵੀ ਨਾ ਆਵੇ ਨਾ। ਕਿੱਡਾ ਸੋਹਣਾ ਅੰਬ ਆ ਵੇਖਣ ਦੇ, ਆ ਸਟicker ਲਾ ਕੇ ਮੈਨੂੰ ਦਾਗ ਲੱਗਾ ਵਾ ਵੇਖ। ਨਹੀਂ ਦਾਗ ਆਵੇ ਆ ਕੀ ਹੈ? ਯਾਰ ਵੇਲਾ ਮੈਂ ਲੈਣੇ ਵੀ ਤੇਰੇ ਕੋਲ ਜ਼ਿਆਦਾ ਨਾ। ਇਹ ਵੇਖ ਯਾਰ, ਅਸੀਂ ਮਜ਼ਦੂਰ ਬੰਦੇ ਆ, ਅਸੀਂ ਘਰੋਂ ਰੋਟੀ ਕਮਾਉਣ ਆਏ ਆ, ਅਸੀਂ ਇੱਥੇ ਕੋਈ ਸਿਰ ਕਪਾਣ ਨਹੀਂ ਆਏ। 150 ਰੁਪਏ ਕਿਲੋ ਲਾ ਸਾਰੇ ਤੋਂ ਜਾ, ਮੈਂ ਆ ਕੇ ਤੈਨੂੰ 10-15 ਕਿਲੋ ਕਿਸੇ ਜ਼ਿਆਦਾ ਲੈਣੇ, ਜਲਦੀ ਕਰ। ਅੰਬ ਤੇ ਚੈੱਕ ਕਰਾ, ਅੰਬ ਕਿੱਥੇ ਗਿਆ? ਅੰਬ ਤੇ ਚੈੱਕ ਕਰਾ ਯਾਰ, ਅੱਗੇ ਦੋ ਤੈਨੂੰ ਕੀ ਗੱਲ ਆ? ਮੈਂ ਮਿਰਚਾਂ ਚੈੱਕ ਕਰਾਈਆਂ। ਚੱਲ ਤੂੰ ਤੋਲ, ਮੈਂ ਆਪੇ ਖਾ ਲਾਂਗਾ, ਤੂੰ ਤੋਲ। ਨਹੀਂ ਆਪੇ ਤੂੰ ਕਿੱਦਾਂ ਖਾ ਲਏਗਾ, ਮਸਲਨ ਕੀ ਗੱਲ? ਛੱਡ ਦੇ, ਤੂੰ ਹੱਥ ਨਾ ਲਾ, ਤੂੰ ਗੰਦੇ ਹੱਥ ਹੈਗੇ ਆ। ਅੱਛਾ ਪਹਿਲੇ ਮੈਂ ਹੀ ਘਟੇ ਆ, ਇਹਨਾਂ ਹੱਥਾਂ ਨਾਲ ਹੀ ਘਟੇ। ਚੱਲ ਤੋਲ ਯਾਰ, ਬੈਸ ਨਾ ਕਰ। ਹੁਣ ਦੱਸ ਦੇ, ਮੈਂ ਹੁਣ ਤੂੰ ਪਾ ਦਵਾਂ 250 ਚ ਪਾ ਦਵਾਂ? ਯਾਰ ਹੁਣੀ ਤੂੰ ਅੱਗੇ 240 ਕਹਿ ਰਿਹਾ ਸੀ। ਅੱਛਾ ਤੈਨੂੰ ਯਾਦ ਆ, ਮੈਂ ਵੈਸੇ ਤੇਰਾ ਦਿਮਾਗ ਚੈੱਕ ਕਰ ਰਿਹਾ ਸੀ। ਪਾ ਦਵਾਂ 240? 150 ਦੇ ਬਾਜ਼ਰ। ਅਖਾਨ ਮੇਰੀ ਗੱਲ ਸੁਣ ਲਾ ਮੇਰਾ ਵੀਰ, ਮੇਰੇ ਕੋਲ ਇੰਨਾ ਖੱਪਿਆ ਨਹੀਂ ਜਾਣਾ। ਤੂੰ ਅੰਬ ਵੇਚਣਾ ਕਿ ਨਹੀਂ? ਮੈਂ ਕਿਤੇ ਹੋਰ ਲੈ ਲੈਣਾ। ਚੱਲ ਅੱਛਾ ਚੱਲ ਇੱਧਰ ਆ, ਇੱਕ ਮਿੰਟ ਮੇਰੀ ਗੱਲ ਦੇ ਯਾਰ। ਅਖਾਨ ਇੱਕ ਮਿੰਟ, ਬੜ ਰਹਿਣ ਦੇ, ਤੈਨੂੰ ਅੱਲਾ ਦਾ ਵਾਸਤਾ, ਇੱਕ ਮਿੰਟ ਗੱਲ, ਉਹ ਇੱਕ ਮਿੰਟ, ਹੁਣ ਨਹੀਂ ਪਈ ਮੈਂ। ਚੱਲ ਅੱਛਾ ਦੱਸ ਕਿੰਨਾ ਲੈਣਾ? 150 ਚ ਸ਼ੁਰੂ। 150 ਚ ਕਿੰਨਾ ਪਾ ਦਾਂ? ਸ਼ਾਪ ਸ਼ਾਪਰ ਦੇ ਨਾ, ਐਲਾ ਬਾਟਾ ਆ ਗਿਆ। ਪਾਇਆ ਪਾ ਦੇ, ਹੈ ਪਾਇਆ ਪਾ ਦੇ। ਕਿਲੋ ਤੇ ਤੂੰ ਖਾ ਗਿਆ, ਤੂੰ ਕਹਿੰਦਾ ਮੈਂ 20-25 ਕਿਲੋ ਲੈਣਾ, ਮਤਲਬ 20-25 ਕਿਲੋ ਦਵਾਵਾਂ ਲੈਣਾ ਆ ਸੀ। ਯਾਰ ਤੂੰ ਪਾਇਆ ਪਾ ਦੇ, ਤੈਨੂੰ ਮੈਂ ਕਿਹਾ ਆਮ ਪਾਇਆ ਪਾ। ਛੁਰੀ ਕਿੱਥੇ ਆ? ਮੇਰੀ ਛੁਰੀ ਕਿੱਥੇ ਆ? ਮੇਰੀ ਮਰਜ਼ੀ, ਮੈਂ ਜਿੰਨਾ ਮਰਜ਼ੀ ਛੁਰੀ ਕਿੱਥੇ ਆ? ਪਾਇਆ ਅੰਬ ਲੈਣਾ? ਪਾਇਆ ਅੰਬ ਦੇ ਇੱਧਰ ਆ, ਇਹ ਲੈ ਆ ਮੇਰਾ ਭਰਾ ਘਰ ਛਿੱਲੜ, ਮਿੱਟੀ ਵਾਲਾ ਮਕਾਨ ਆ ਤੁਹਾਡਾ, ਇਹ ਉਹਦੇ 'ਚ ਪਾ ਲਈ, ਅੱਗੇ ਤੋਂ ਪੈਸੇ ਵੀ ਪਾਇਆ ਵੀ ਨਹੀਂ ਲੈਣਾ ਪਊ, ਉੱਗ ਪੈਣਗੇ। ਨਹੀਂ ਹੁਣ ਤੂੰ ਪਾਇਆ ਅੰਬ ਦੇਣੇ ਕਿ ਨਹੀਂ? ਪੁੱਤ ਕਿਉਂ ਗਰੀਬ ਹੋਣਾ ਤੂੰ? ਮੁਲਕ ਦੇ ਹਾਲਾਤ ਪਹਿਲੇ ਠੀਕ ਨਹੀਂ ਹੈਗੇ, ਤੂੰ ਐਵੇਂ ਆਪਣੀ ਜੇਬੋਂ ਪੈਸੇ ਲਾਏਗਾ, ਐਵੇਂ ਸਿਰ ਦਰਦ ਹੋ ਗਿਆ ਤੇ ਸਿਰ ਦਰਦ ਦੀ ਗੋਲੀ ਤੋਂ ਵੀ ਜਾਏਗਾ। ਜਾ ਮੇਰਾ ਪੁੱਤ, ਜਾ ਜਾ। ਪਾਈ ਆਮ ਦੇ ਦੇ, ਪਾਈ ਆਮ ਦੇ ਦੇ। ਉਹ ਜਾ ਕਿਤੇ ਦਵਾਈ ਦੂੰ, ਐਵੇਂ ਗਰੀਬ ਹੋ ਜਾਏਗਾ, ਮੁਲਕ ਦੇ ਹਾਲਾਤ ਪਹਿਲੇ ਨਹੀਂ ਠੀਕ ਹੈਗੇ। ਪਾਈ ਆਮ ਦੇ ਦੇ ਆਪਾਂ। ਕਿੰਨੇ ਬੰਦੇ ਕਿੰਨੇ ਆ? ਪਾਈ ਆਮ ਕਿੰਨੇ? 40 ਰੁਪਏ ਨਹੀਂ ਤੇਰੇ ਕੋ ਹੈ? ਕਿੰਨੇ ਆ? ਮੇਰੇ ਕੋ ਤੂੰ ਛੱਡ ਦੇ ਜਿੰਨੇ ਵੀ ਆ, ਤੂੰ ਪਾਈ ਆਮ ਦੇ ਪੈਸੇ। ਉਹ ਜਾ ਯਾਰ, ਐਵੇਂ ਸਿਰ ਨਾ ਖਪਾ, ਪਾਈ ਆਮ ਲੈਣ ਆ ਗਿਆ ਘਰੋਂ। ਚੱਲ ਪਾਈਆ ਦੇ ਪੈਸੇ ਪਾਣਾ, ਪਾਈਆ ਕੱਟਣਾ ਯਾਰ। ਚੱਲ ਦੌੜ ਜਾ, ਮੇਰੇ ਦੋ ਅੰਬਾਂ ਦੇ ਪੈਸੇ ਆ ਗਏ, ਚੱਲ ਨਿਕਲ ਜਾ। ਚੱਲ ਓਏ ਦੋ ਕਟਾਏ, ਚੱਲ ਨਿਕਲ। ਓਏ 140 ਬੰਦੇ 100 ਲਿਆ, ਨਿਕਲ ਜਾ। ਓ ਨਹੀਂ, ਓ ਨਹੀਂ, ਚੱਲ ਚੱਲ। ਓ ਕੀ ਓ ਓ ਨਹੀਂ, ਓ ਓ ਜਾਣਦੇ ਹੀ ਆ। ਅੱਲਾ ਦੀ ਕਸਮ ਕਰੋ ਦੁੱਧ ਲੈਣਾ। ਓ ਮੈਂ ਤੇਰੇ ਬਾਪ ਦੀ ਕਸਮ, ਮੈਂ ਕਰੋ ਦੁੱਧ ਲੈਣਾ ਆ ਜਾ। ਤੂੰ ਕਰੋ ਦੁੱਧ ਲੈ, ਹੈ? ਓ ਫਿਰ ਤੂੰ ਇਹ ਦੋ ਅੰਬ ਜਿੰਨੇ ਕਟਾਇਆ, ਤੂੰ ਪਾਈ ਇਹਦੇ ਪੈਸੇ ਦੇ। ਚੱਲ ਚੱਲ, ਬਸ ਓ ਪਾ ਕੇ ਚੱਲੇ ਜੀ, ਪਾ ਪੈਸੇ ਫੜ। ਅੱਲਾ ਦੀ ਕਸਮ ਆ।
ਤੈਨੂੰ ਕਿਹਾ ਲੈ ਆ ਘਰ ਮਿੱਟੀ ਵਾਲੀ ਜਗ੍ਹਾ ਤੇ ਪਾ ਦੀ ਸਾਰੀ ਜ਼ਿੰਦਗੀ ਪੈਸੇ ਨੀ ਕਰੇ ਨਾਲੇ ਪੂਰਾ ਖਾਨਦਾਨ ਖਾਊ ਤੁਹਾਡਾ ਰੱਖ ਲਾ ਸਦਕੇ ਦੇ ਯਾਰ ਸਦਕੇ ਦੇ ਆ ਲਿਆ ਹੋਰ ਦੇ ਦੇ ਆਪਣੇ ਵੱਡਿਆਂ ਦਾ ਵੀ ਦੇ ਦੇ